ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਾਸਲਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਪਾਸਲਾ ਦੀ 11 ਮੈਂਬਰਾਂ ਦੀ ਚੋਣ ਸੰਬੰਧੀ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਦਿਨ ਸੀ। ਰਿਟਰਨਿੰਗ ਅਫਸਰ ਪੁਰਸ਼ੋਤਮ ਲਾਲ, ਸਹਾਇਕ ਰਿਟਰਨਿੰਗ ਅਫਸਰ ਇੰਸਪੈਕਟਰ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਸੰਬੰਧੀ ਰਿਟਰਨਿੰਗ ਅਫਸਰ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਇਸ ਸੁਸਾਇਟੀ ਵਿੱਚ 5 ਪਿੰਡ ਪਾਸਲਾ, ਜੈਤੋਵਾਲ, ਖੋਜਪੁਰ, ਦੰਦੂਵਾਲ, ਤੱਗੜਾ ਪਿੰਡ ਵਿੱਚੋਂ 11 ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ। 10 ਜ਼ੋਨਾਂ ਵਿੱਚੋਂ 11 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਅਤੇ 1 ਜ਼ੋਨ ਜੈਤੋਵਾਲ ਤੋਂ ਪੇਪਰ ਦਾਖਲ ਨਾ ਹੋਣ ਕਰਕੇ ਖਾਲੀ ਛੱਡੀ ਗਈ ਅਤੇ 1 ਉਮੀਦਵਾਰ ਨਛੱਤਰ ਸਿੰਘ ਵੱਲੋਂ ਆਪਣਾ ਉਮੀਦਵਾਰ ਤੋਂ ਨਾਂ ਵਾਪਸ ਲੈ ਲਿਆ, ਜਿਸ ਨਾਲ ਸਰਬਸੰਮਤੀ ਨਾਲ ਦੀ ਪਾਸਲਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਪਾਸਲਾ ਦੇ 10 ਮੈਂਬਰ ਚੁਣੇ ਗਏ, ਜਿਨ੍ਹਾਂ ਵਿੱਚ ਗੁਰਵਿੰਦਰ ਸਿੰਘ, ਧਰਮਪਾਲ, ਬਲਵੀਰ ਸਿੰਘ, ਮਨਜੀਤ ਸਿੰਘ, ਗਿਆਨਚੰਦ, ਚਾਲਮਨ ਸਿੰਘ, ਗੁਰਮੀਤ ਕੌਰ, ਸ਼ੰਗਾਰਾ ਸਿੰਘ, ਸੁਰਿੰਦਰਪਾਲ, ਮਨਜੀਤ ਸਿੰਘ ਆਦਿ ਸਨ। ਉਹਨਾਂ ਨੇ ਕਿਹਾ ਕਿ ਚੁਣੇ ਗਏ ਮੈਂਬਰ 8 ਜਨਵਰੀ 2020 ਨੂੰ ਆਪਣੇ ਅਹੁਦੇਦਾਰਾਂ ਦੀ ਚੋਣ ਕਰਨਗੇ। ਇਸ ਮੌਕੇ ਸਕੱਤਰ ਵਿਮਲਾ ਦੇਵੀ, ਬਿੰਦਰ ਕੌਰ, ਸਕੱਤਰ ਸਤਨਾਮ ਰਾਮ, ਰਾਮਕ੍ਰਿਸ਼ਨ, ਸੋਢੀ ਸਿੰਘ, ਬੂਟਾ ਸਿੰਘ, ਗਦਾਵਰ ਸਿੰਘ, ਬੀਜੇ ਕੁਮਾਰ, ਰਕੇਸ਼ ਕੁਮਾਰ, ਮਨੀ ਸਿੰਘ, ਚੂਹਟ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਪਾਸਲਾ ਵਿੱਚ ਐਗਰੀਕਲਚਰ ਸੁਸਾਇਟੀ ਦੀ ਚੋਣ ਸੀ ਜੀ, ਅਤੇ ਜਿਹਦੇ ਵਿੱਚੋਂ 11 ਮੈਂਬਰ ਚੁਣੇ ਜਾਣੇ ਸੀਗੇ ਜੀ, ਅਤੇ 11 ਮੈਂਬਰਾਂ ਨੇ ਆਪਣੇ ਪੇਪਰ ਦਾਖਲ ਕੀਤੇ ਜੀ, ਜਿਨ੍ਹਾਂ ਦੇ ਵਿੱਚੋਂ 10 ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਉਸ ਤੋਂ ਬਾਅਦ ਸਾਡੇ ਇਹਦੇ ਵਿੱਚ ਪਿੰਡ ਪੈਂਦੇ ਹੈਗੇ ਜੀ, ਪਿੰਡ ਤੱਗੜਾਂ ਜੀ, ਪਿੰਡ ਦੰਦੂਵਾਲ, ਪਿੰਡ ਖੋਜਪੁਰ, ਪਿੰਡ ਜੈਤੋਵਾਲ, ਪਿੰਡ ਪਾਸਲਾ। ਇਹਨਾਂ ਸਾਰੇ 5 ਪਿੰਡਾਂ ਦੀ ਬੜੀ ਸ਼ਾਂਤੀ ਨਾਲ, ਸ਼ਾਂਤੀਪੂਰਵਕ ਚੋਣ ਹੋਈ ਆ ਜੀ, ਅਤੇ ਸਰਬਸੰਮਤੀ ਨਾਲ ਕਮੇਟੀ ਚੁਣੀ ਗਈ ਆ। ਜਿਹੜੀ ਇਹਦੀ ਪ੍ਰਧਾਨ ਬਣਨ ਦੀ ਮਿਤੀ ਹੈਗੀ ਆ ਜੀ, ਉਹ 1/8/20 ਨੂੰ ਰੱਖੀ ਗਈ ਆ ਜੀ, ਅਤੇ ਉਸ ਦਿਨ ਸਰਬ ਦੇਖੋ ਮਹਾਰਾਜ ਦੀ ਕਿਰਪਾ ਕਿੱਦਾਂ ਹੁੰਦੀ ਹੈ, ਪ੍ਰਧਾਨ ਬਣਾਇਆ ਜਾਊਗਾ, ਬਾਕੀ ਕਮੇਟੀ ਚੁਣੀ ਗਈ ਆ ਜੀ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹਨੇ ਸਹਿਯੋਗ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਸਲਾ ਐਗਰੀਕਲਚਰ ਖੇਤੀਬਾੜੀ ਸਰਵਿਸ ਸਭਾ ਲਿਮਟਿਡ ਦੀ ਜਿਹੜੀ ਪ੍ਰਬੰਧਕ ਕਮੇਟੀ ਦੀ ਚੋਣ ਹੈ, ਉਹ ਮਾਨਯੋਗ ਸਹਾਇਕ ਰਿਸ਼ਾ ਸਹਿਕਾਰੀ ਸਭਾ ਫਲੋਰ ਜੀ ਦੇ ਹੁਕਮਾਂ ਦੇ ਮੁਤਾਬਕ ਕਰਵਾਈ ਗਈ, ਜਿਹਦੇ ਵਿੱਚ ਪੁਰਸ਼ੋਤਮ ਲਾਲ ਜੀ ਬਤੌਰ ਰਿਟਰਨਿੰਗ ਅਫਸਰ ਅਤੇ ਮੈਂ ਬਤੌਰ ਸਹਾਇਕ ਰਿਟਰਨਿੰਗ ਅਫਸਰ ਇੱਥੇ ਆ ਕੇ ਸਭਾ ਦੀ ਚੋਣ ਕਰਵਾਈ, ਜੋ ਕਿ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ। ਟੋਟਲ 11 ਨੋਮੀਨੇਸ਼ਨ ਪੇਪਰ ਅੱਜ ਦਾਖਲ ਹੋਏ, ਜਿਹਦੇ ਵਿੱਚੋਂ 1 ਨੋਮੀਨੇਸ਼ਨ ਪੇਪਰ ਬਿਨਾਂ ਕਿਸੇ ਦਬਾਅ ਦੇ ਨਛੱਤਰ ਸਿੰਘ ਵੱਲੋਂ ਵਾਪਸ ਲਿਆ ਗਿਆ, ਅਤੇ 10 ਜਿਹੜੇ ਕਮੇਟੀ ਮੈਂਬਰ ਨੇ ਉਹ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ। ਅੱਜ ਜਿਹੜਾ 1 4 ਨੰਬਰ ਜ਼ੋਨ ਸੀਗਾ, ਜੋ ਕਿ ਖੋਜਪੁਰ ਅਤੇ ਜੈਤੇਵਾਲ ਦਾ ਸੀਗਾ, ਜਿਹਦੇ ਵਿੱਚ 1 ਇਸਤਰੀ ਮੈਂਬਰ ਦੀ ਰਾਖਵੀਂ ਸੀਟ ਸੀਗੀ, ਪਰ ਉੱਥੋਂ ਕੋਈ ਵੀ ਨਾਮਜ਼ਦਗੀ ਪੱਤਰ ਦਾਖਲ ਨਾ ਹੋਣ ਕਰਕੇ ਜਿਹੜੀ ਉਹ ਸੀਟ ਆ ਇਸਤਰੀ ਰਾਖਵੀਂ ਦੀ, ਉਹ ਖਾਲੀ ਛੱਡੀ ਗਈ ਹੈ। ਅਤੇ ਜੇ ਉਹ ਕਮੇਟੀ ਮੈਂਬਰ ਚਾਹੁਣ ਤਾਂ ਹੁਣ ਜਿਹੜੀ ਦੁਬਾਰਾ ਉਹਦੀ ਚੋਣ ਆ ਉਹ ਕਰਵਾ ਸਕਦੇ ਨੇ।